ਲੁਧਿਆਣਾ ਵਿਊ ਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੰਗਲਵਾਰ 26 ਫਰਵਰੀ ਦੀ ਸਵੇਰ ਏਅਰ ਸਟ੍ਰਾਈਕ ਦੀ ਵੱਡੀ ਖਬਰ ਨਾਲ ਸ਼ੁਰੂ ਹੋਈ। ਪੁਲਵਾਮਾ ਅਟੈਕ ਤੋਂ ਬਾਅਦ ਦੇਸ਼ ਦਹਿਸ਼ਤਗਰਦਾਂ ਖਿਲਾਫ ਇੱਕ ਤਗੜੇ ਜਵਾਬ ਦੀ ਉਮੀਦ ਕਰ ਰਿਹਾ ਸੀ। ਹੁਣ ਜਦੋਂ ਏਅਰ ਸਟ੍ਰਾਈਕ ਹੋ ਗਿਆ ਹੈ ਤਾਂ ਸਾਡੇ ਐਕਸਪਰਟਸ ਦੀ ਇਸ ਬਾਰੇ ਕੀ ਰਾਏ ਹੈ, ਆਓ ਜਾਣਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਸਰਜੀਕਲ ਸਟ੍ਰਾਈਕ ਹੋਣਾ ਜ਼ਿਆਦਾ ਜ਼ਰੂਰੀ ਸੀ? ਦੇਖੋ, ਮੈਂ ਸਮਝਦਾ ਕਿ ਜਦੋਂ ਅਸੀਂ ਇੱਕ ਉਂਗਲ ਦੂਜੇ ਵੱਲ ਕਰਦੇ ਹਾਂ ਤਿੰਨ ਆਪਣੇ ਵੱਲ ਹੁੰਦੀਆਂ ਨੇ। ਜੇ ਪੁਲਵਾਮਾ ਵਿੱਚ 49 ਸਾਡੇ ਬਹਾਦਰ ਸਿਪਾਹੀ ਜਿਹੜੇ ਨੇ ਉਹ ਸ਼ਹੀਦ ਹੋਏ ਨੇ, ਅਤੇ ਉਹਦੇ ਵਿੱਚ ਕੁਛ ਸਾਨੂੰ ਵੀ ਦੇਖਣ ਦੀ ਲੋੜ ਹੈ ਕਿ ਸਾਡੀ ਕੀ ਕਮਜ਼ੋਰੀ ਸੀ, ਕਿਉਂਕਿ ਐਡਾ ਤਾਂ ਅਸੀਂ ਆਪਣੇ ਆਪ ਨੂੰ ਤਕੜਾ ਕਹਿੰਦੇ ਹਾਂ, ਅਤੇ ਇੱਦਾਂ ਕੋਈ ਆਣ ਕੇ ਸਾਡਾ ਹੀ ਮੁੰਡਾ ਵਰਤ ਜਾਏ, ਕਿਉਂਕਿ ਉੱਥੇ ਬਾਹਰੋਂ ਨਹੀਂ ਸੀ ਆਇਆ। ਇਹ ਉਹਨਾਂ ਨੇ ਪ੍ਰੂਵ ਕੀਤਾ ਕਿ ਉਹ ਉੱਥੋਂ ਹੀ ਕਸ਼ਮੀਰ ਦਾ ਮੁੰਡਾ ਸੀ, ਔਰ ਉਹਦੇ ਪਿਓ ਨੇ ਕਿਹਾ ਕਿ ਮੇਰਾ ਘਰ ਸਾਨੂੰ ਅੰਦਰ ਪਿਆਂ ਨੂੰ ਅੱਗ ਲਾਈ ਗਈ ਸੀ ਜਿਹਦੇ ਤੋਂ ਉਹਦਾ ਵੱਡਾ ਮੁੰਡਾ ਬਣਿਆ। ਇਹਦਾ ਮਤਲਬ ਕਿਤੇ ਅਸੀਂ ਆਪ ਆਪਣੇ ਮਤਲਬ ਘਰ ਵਿੱਚ ਇੱਕ ਦੁਸ਼ਮਣ ਪੈਦਾ ਕਰ ਰਹੇ ਹਾਂ, ਔਰ ਉਹਨੂੰ ਅਸੀਂ ਦੁਸ਼ਮਣ ਕਹਿ ਰਹੇ ਹਾਂ। ਔਰ ਇਹ ਬੜਾ ਸੌਖਾ ਹੁੰਦਾ ਕਿ ਤੁਸੀਂ ਗੁਆਂਢੀ ਨੂੰ ਉਂਗਲ ਕਰਦੇ ਹੋ ਤਾਂ ਕਿ ਅਸੀਂ ਆਪਣੀ ਗਲਤੀ ਨੂੰ ਨਾ ਮਹਿਸੂਸ ਕਰੀਏ। ਔਰ ਇਹ ਸ਼ਾਇਦ ਸਾਡੇ ਹਿੰਦੁਸਤਾਨੀਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੀ ਹੈ ਕਿ ਨਿਆਣਾ ਸਾਡਾ ਖਰਾਬ ਹੁੰਦਾ ਅਤੇ ਮਤਲਬ ਅਸੀਂ ਗੁਆਂਢੀਆਂ ਨੂੰ ਦਿੰਦੇ ਹਾਂ, ਤਾਂ ਉਹ ਹੋ ਕੇ ਵੀ। ਔਰ ਮੈਂ ਸਮਝਦਾ ਕਿ ਜੇ ਗੁਆਂਢੀ ਤੁਹਾਡੀ ਕਮਜ਼ੋਰੀ ਨੂੰ ਨਹੀਂ ਵਰਤਦਾ ਤਾਂ ਉਹ ਬੇਵਕੂਫ ਹੈ। ਤਾਂ ਇਸ ਕਰਕੇ ਪਹਿਲਾਂ ਤਾਂ ਆਪਣੀ, ਔਰ ਅਸੀਂ ਪਿਛਲੇ ਕੁਛ ਸਾਲਾਂ ਤੋਂ ਇੱਕ ਵਰਤਾਰਾ ਦੇਖਿਆ ਕਿ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਮਤਲਬ ਲੜਕੀਆਂ ਨੂੰ ਮਤਲਬ ਉੱਥੇ ਪ੍ਰੋਟੈਸਟ ਕਰਦੇ ਦੇਖਿਆ। ਸਭ ਤੋਂ ਜ਼ਿਆਦਾ ਪ੍ਰੋਟੈਸਟ ਕਸ਼ਮੀਰ 'ਚ ਲੜਕੀਆਂ ਕਰਦੀਆਂ ਨੇ, ਔਰ ਉਹ ਕਹਿੰਦੀਆਂ ਕਿ ਅਸੀਂ ਐੱਮ ਏ ਕੀਤੀ ਹੈ, ਸਾਨੂੰ ਨੌਕਰੀ ਦਿਓ। ਅਸੀਂ ਨੌਕਰੀ ਦੇਣ ਦੀ ਬਜਾਏ ਉਹਨਾਂ ਨੂੰ ਮਤਲਬ ਸ਼ਰੇ ਮਾਰਦੇ ਹਾਂ, ਔਰ ਅਸੀਂ ਇਹੋ ਜਿਹੇ ਇੰਜਰਡ ਲੋਕ ਪੈਦਾ ਕਰ ਰਹੇ ਹਾਂ। ਔਰ ਇਹਦੇ ਉੱਤੇ ਇੱਕ ਸਲਾਹ ਜਿਹੜਾ ਸਾਈਕਾਲੋਜੀਕਲ ਹੈ ਕਿ ਤੁਸੀਂ ਜਿਹੜੇ ਅੱਜ ਦੇ ਬੱਚਾ ਜਿਹੜਾ ਅੱਜ ਮਤਲਬ ਅੰਨਾ ਹੋਇਆ ਉਹ ਕੱਲ੍ਹ ਨੂੰ ਕੀ ਸੋਚੇਗਾ, ਉਹਨੂੰ ਤੁਸੀਂ ਨਹੀਂ ਕਰ ਸਕਦੇ। ਆਪਾਂ ਕਈ ਦੁਖਾਂਤ ਪੰਜਾਬ 'ਚ ਵੀ ਦੇਖੇ ਨੇ, ਔਰ ਉਸ ਤੋਂ ਕਈ ਲਗਾਤਾਰ ਦੁਖਾਂਤ ਆਪਾਂ ਦੇਖ ਰਹੇ ਹੈਗੇ ਹਾਂ 47 ਤੋਂ ਲੈ ਕੇ। ਮਤਲਬ ਲੋਕਾਂ ਨੂੰ ਜੋੜਨ ਦੀ ਲੋੜ ਹੈ, ਔਰ ਉਹਦਾ ਜਿਹੜਾ ਉਹ ਹੈ ਕਿ ਅਸਲ ਸਾਨੂੰ ਆਪਣੇ ਵਿੱਚ ਮਤਲਬ ਕੀ ਦੇਖਣਾ ਚਾਹੀਦਾ ਕਿ ਅਸੀਂ ਉਹਨੂੰ ਇੱਕ ਅਮਨ ਰੱਖ ਸਕੀਏ, ਕਿਉਂਕਿ ਇਹਦੇ ਤੋਂ ਲੋਕ ਕੁਛ ਭੜਕਾਟ ਵਾਲੇ ਲੋਕ ਜਿਹੜੇ ਨੇ ਉਹ ਸਾਡੇ ਆਪਣੇ ਘਰਾਂ ਵਿੱਚ ਵੀ ਅਮਨ ਨੂੰ ਖਰਾਬ ਕਰ ਸਕਦੇ ਨੇ। ਤਾਂ ਇਹਨਾਂ ਹਾਲਤਾਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਸਿਰ ਜੋੜ ਕੇ ਬੈਠਣ, ਔਰ ਸਿਆਣਪ ਵਰਤਣ, ਔਰ ਅਮਨ ਜਿਹੜਾ ਹੈ ਉਹਨੂੰ ਬਣਾ ਕੇ ਰੱਖਣ। ਸਰ ਜੀ, ਤੁਸੀਂ ਕੀ ਸਮਝਦੇ ਹੋ ਅੱਜ ਦੇ ਜਿਹੜੇ ਹਾਲਾਤ ਬਣ ਰਹੇ ਨੇ ਕਿ ਉਹਨਾਂ ਨਾਲ ਦੇਸ਼ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਬਣ ਰਿਹਾ, ਇਹ ਲੋਕ ਕੀ ਸੋਚ ਰਹੇ ਨੇ? ਇਸ ਅੱਜ ਜੋ ਸਾਡੇ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ, ਇਹ ਮਾਹੌਲ ਜਦੋਂ ਇੱਥੋਂ ਦੀਆਂ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਵਾਂਝੀਆਂ ਰਹਿੰਦੀਆਂ ਨੇ, ਉਹਨਾਂ ਦੇ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯੋਗ ਨਹੀਂ ਰਹਿੰਦੀਆਂ, ਤਾਂ ਉਹ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਇਹੋ ਜਿਹੇ ਮਸਲੇ ਉਠਾਉਂਦੇ ਆ, ਤਾਂ ਕਿ ਲੋਕਾਂ ਦਾ ਜਿਹੜਾ ਆਪਣੀਆਂ ਸਮੱਸਿਆਵਾਂ ਤੋਂ ਜਿਹੜਾ ਧਿਆਨ ਹਟ ਕੇ ਹੋਰ ਮਸਲਿਆਂ 'ਤੇ ਟਿਲਟ ਹੋ ਜਾਵੇ, ਉਹਨਾਂ ਦੀ ਲੁੱਟ ਆ ਜਿਹੜੀ ਲੋਕਾਂ ਦੀ ਹੋ ਰਹੀ ਹੈ ਉਹ ਬਰਕਰਾਰ ਰਹੇ। ਇਹ ਜਿਹੜਾ ਇਹ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ, ਪਹਿਲੀ ਗੱਲ ਤਾਂ ਸਾਡਾ ਸਵਾਲ ਇਹ ਬਣਦਾ ਇੱਥੋਂ ਦੀ ਸਰਕਾਰ 'ਤੇ ਵੀ, ਬਈ ਉਹ ਜਿਹੜਾ ਮਨੀਸ਼ਨ ਜੋ ਗੱਡੀ ਦੇ ਵਿੱਚ ਇੰਨਾ ਆਇਆ ਉਹ ਕਿੱਥੋਂ ਆਇਆ, ਉਹ ਕਿਵੇਂ ਆਉਣ ਦਿੱਤਾ? ਅਤੇ ਦੂਜੀ ਗੱਲ, ਜਿਹੜੀ ਗੱਡੀ ਦੇ ਵਿੱਚ ਉਹ ਮਾਰੀ ਗਈ ਮਿਲਟਰੀ ਦੀ ਗੱਡੀ ਦੇ, ਉਹ ਇੱਕ ਗੱਡੀ ਸੀ ਜਿਹੜੀ ਪਤਾ ਲੱਗਿਆ ਮੀਡੀਆ ਰਾਹੀਂ ਵੀ ਉਹ ਬਾਕੀ ਬੈਲਟ ਬੁਲਟ ਪਰੂਫ ਗੱਡੀਆਂ ਸੀ ਸਾਰੀਆਂ, ਸਿਰਫ ਉਹ ਇੱਕ ਗੱਡੀ ਸੀ ਜਿਹੜੀ ਬਿਨਾਂ ਬੈਲਟ ਪਰੂਫ ਤੋਂ ਸੀਗੀ। ਉਹ ਉਸ ਬੰਦੇ ਨੂੰ ਕਿਵੇਂ ਪਤਾ ਲੱਗਿਆ?
ਉਹ ਨਲਾਇਕੀ ਆ ਮਤਲਬ ਇੱਥੋਂ ਦੇ ਸਾਡੇ ਪ੍ਰਬੰਧ ਦੀ ਕਿ ਉਹਨੂੰ ਜਿਹੜਾ ਪਤਾ ਲਾਉਣ ਦੇ ਵਿੱਚ ਨਾਕਾਮੀ ਹੈ ਜਿਹੜੇ ਕਿਵੇਂ ਰਹੀ ਸਰਕਾਰ ਦੀ। ਕਸ਼ਮੀਰ ਦੇ ਵਿੱਚ ਜੋ ਸਮੱਸਿਆ ਬਣੀ ਹੋਈ ਹੈ ਉਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਕੋਈ ਅੱਗੇ ਨਹੀਂ ਆ ਰਿਹਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਉਸ ਸਮੱਸਿਆ ਨੂੰ ਗੱਲਬਾਤ ਕਰਕੇ ਹੱਲ ਕੀਤਾ ਜਾਵੇ, ਪਰ ਉਸ ਨੂੰ ਡੰਡੇ ਨਾਲ, ਧੱਕੇ ਨਾਲ, ਗੋਲੀ ਨਾਲ ਹੱਲ ਕਰਨ ਲਈ ਇਹ ਜੋ ਕਾਰਵਾਈਆਂ ਕਰ ਰਹੇ ਨੇ ਇਹ ਬਿਲਕੁਲ ਗਲਤ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਇਹ ਸਮੱਸਿਆ ਹੱਲ ਹੋਣੀ ਆ ਹਮੇਸ਼ਾ ਗੱਲਬਾਤ ਨਾਲ ਹੀ ਹੋਣੀ ਹੈ। ਉਹ ਗੱਲਬਾਤ ਭਾਵੇਂ ਅੱਜ ਕਰ ਲਈ ਜਾਵੇ, ਭਾਵੇਂ 4 ਸਾਲ ਨੂੰ ਕਰ ਲਈ ਜਾਵੇ। ਤੁਸੀਂ ਦੱਸੋ ਕਿ ਇਹ ਜੋ ਅੱਜ ਦੇ ਹਾਲਾਤ ਬਣੇ ਨੇ, ਜੋ ਅੱਜ ਇਹ ਹੋਇਆ, ਏਅਰ ਸਟ੍ਰਾਈਕ ਹੋਇਆ, ਕੀ ਇਹ ਹੋਣਾ ਜ਼ਰੂਰੀ ਸੀ? ਦੇਖੋ, ਮੈਂ ਇਹ ਰਿਪਲਾਈ ਕਰਨ ਤੋਂ ਪਹਿਲਾਂ ਵੀ ਜ਼ਰੂਰੀ ਸੀ ਜਾਂ ਨਹੀਂ, ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਇੱਕ ਬੇਸ ਤੁਹਾਨੂੰ ਗਰਾਊਂਡ ਦੱਸਦਾ, ਜਾਂ ਉਸ ਤੋਂ ਕਹਿ ਲਓ ਵੀ ਥੋੜ੍ਹਾ ਹਿਸਟਰੀ ਪੁਰਾਣੀ ਮੈਂ ਗੱਲ ਕਰਦਾ ਕਿ ਪਹਿਲਾਂ ਤਾਂ ਇੱਕ ਚੀਜ਼ ਹੈ ਵੀ ਸਭ ਤੋਂ ਪਹਿਲਾਂ ਤਾਂ ਪੁਲਵਾਮਾ ਅਟੈਕ ਹੋਇਆ, ਉਹਦੀ ਹੀ ਗੱਲ ਹੈ ਕਿ ਉਹ ਹੋਇਆ ਤਾਂ ਇਹ ਸਟ੍ਰਾਈਕ ਹੋਈ ਹੈ, ਠੀਕ ਹੈ ਨਾ, ਜਾਂ ਉਸ ਤੋਂ ਪਹਿਲਾਂ ਚਲੋ ਜਿਹੜੀ ਸਟ੍ਰਾਈਕ ਹੋਈ ਸੀ ਉਦੋਂ ਵੀ ਉਹਨਾਂ ਨੇ ਕੁਛ ਕੀਤਾ ਸੀ ਤਾਂ ਉਹ ਹੋਈ ਹੈ, ਅਲਟੀਮੇਟ ਰਿਵਰਟ ਸੀਗਾ ਵੀ ਉਹਨਾਂ ਨੇ ਕੀਤਾ ਅਤੇ ਇਹਨਾਂ ਨੇ ਕੀਤਾ। ਅਤੇ ਹੁਣ ਇਹ ਗੱਲ ਹੈ ਕਿ ਪਹਿਲੇ ਗੱਲ ਤਾਂ ਪੁਲਵਾਮਾ ਅਟੈਕ ਹੀ ਉਹ ਹੀ ਨਹੀਂ ਹੋਣਾ ਚਾਹੀਦਾ ਸੀਗਾ, ਉਹਦੇ ਪਿੱਛੇ ਕਿ ਬੇਸਿਕਲੀ ਕੀ ਰੀਜ਼ਨ ਹੈ, ਉਹ ਜਿਹੜਾ ਪਰਸਨ ਹੈ ਆਪਣਾ ਇੰਡੀਅਨ ਹੀ ਸੀਗਾ ਉਹ, ਅਤੇ ਉਹ ਇਸ ਚੀਜ਼ ਵਿੱਚ ਆਇਆ, ਉਹਦੇ ਕੋਲ ਇੰਪਲੋਇਮੈਂਟ ਨਹੀਂ ਸੀਗੀ, ਉਹ ਇੱਕ ਬੇਰੁਜ਼ਗਾਰ ਸੀ, ਉਹਨੂੰ ਠੀਕ ਉਹਨੂੰ ਪੈਸੇ ਨਜ਼ਰ ਆਏ, ਉਹਨਾਂ ਨੇ ਕਿਹਾ, ਉਹਨੂੰ ਲੱਗਿਆ ਵੀ ਹਾਂ ਠੀਕ ਹੈ ਵੀ ਚਲੋ ਇੱਕ ਡਿਫਰੈਂਟ ਚੀਜ਼ ਆ ਵੀ ਉਹਦਾ ਮਾਇੰਡ ਵਾਸ਼ ਹੈ ਜਾਂ ਜੋ ਵੀ ਹੈ, ਪਰ ਬੇਸਿਕਲੀ ਤਾਂ ਜੋ ਵੀ ਹੁੰਦਾ ਪੈਸੇ ਪਿੱਛੇ ਹੀ ਹੁੰਦਾ। ਸਭ ਤੋਂ ਪਹਿਲਾਂ ਉਹਦਾ ਹੋਇਆ, ਉਹਨੇ ਇਸ ਪੈਸੇ ਦੇ ਪਿੱਛੇ ਸਭ ਕੁਝ ਕੀਤਾ, ਉਹਨੇ ਕੀਤਾ, ਪਹਿਲੀ ਗੱਲ ਤਾਂ ਉਹ ਹੋਣਾ ਹੀ ਨਹੀਂ ਚਾਹੀਦਾ ਸੀ, ਅਗਰ ਉਹਨੂੰ ਹੀ ਉਹ ਚੀਜ਼ ਇਨਵਾਇਰਮੈਂਟ ਦਿੱਤਾ ਹੁੰਦਾ ਉਹ ਇਸ ਚੀਜ਼ ਵੱਲ ਜਾਂਦਾ ਹੀ ਨਾ। ਅਤੇ ਫਿਰ ਦੂਸਰੀ ਗੱਲ ਹੈ ਵੀ ਜਦ ਇੰਨੀ ਕੁ ਇਕੱਠੀ ਰੈਜੀਮੈਂਟ ਜਾ ਰਹੀ ਹੈ ਤਾਂ ਤੁਸੀਂ ਜਲਦੀ ਉਸ ਚੀਜ਼ ਨੂੰ ਵੀ ਐਜ਼ ਏ ਤੁਸੀਂ ਇੱਕ VIP ਕਵਰ ਦਿਓ। ਮੈਂ ਡਿਫੈਂਸ ਨੂੰ ਕਹਿ ਰਿਹਾ ਜੀ ਵੀ ਉਹ ਚੀਜ਼ ਨੂੰ ਦੇਖਣਾ ਚਾਹੀਦਾ। ਚਲੋ ਉਹ ਹੋਇਆ, ਸਭ ਕੁਝ ਹੋਇਆ, ਹੁਣ ਫਿਰ ਮੈਂ ਗੱਲ ਕਰਦਾ ਕਿ ਹੁਣ ਇਹ ਗੱਲ ਤੁਸੀਂ ਕਹਿ ਰਹੇ ਹੋ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਫਿਰ ਇਹ ਚੀਜ਼ ਹੋਈ ਫਿਰ ਦੂਸਰੀ ਗੱਲ ਹੈ ਵੀ ਜਦ ਹੋਇਆ ਅਲਟੀਮੇਟ ਤਾਂ ਟੈਰੋਰਿਸਟ ਨੇ ਕੀਤਾ। ਆਪਾਂ ਇਹਦੇ 'ਚ ਹੁਣ ਆਪਾਂ ਪਾਕਿਸਤਾਨ ਦੀ ਗੱਲ ਨਹੀਂ ਕਰਦੇ ਵੀ ਪਾਕਿਸਤਾਨ ਨੇ ਟੈਰੋਰਿਸਟ ਸੀਗਾ, ਬੇਸਿਕਲੀ ਟੈਰੋਰਿਸਟ ਨੂੰ ਉਹਨਾਂ ਨੇ ਉਹ ਕਲੇਮ ਕਰਤਾ ਜਿਹੜੇ ਉੱਥੇ ਦੇ LOC ਬੈਠੇ ਨੇ ਵੀ ਅਸੀਂ ਜੈਸ਼ ਵੀ ਅਸੀਂ ਕਰਵਾਇਆ, ਉਹ ਪਰੂਫ ਹੋ ਗਿਆ ਉਹਨਾਂ ਨੇ ਕੀਤਾ, ਚਲੋ ਠੀਕ ਹੈ। ਹੁਣ ਅਲਟੀਮੇਟ ਗੱਲ ਹੈਗੀ ਕਿ ਜਿਹੜਾ ਇਹਨਾਂ ਨੇ ਸਟ੍ਰਾਈਕ ਕੀਤੀ ਏਅਰਫੋਰਸ ਦੀ ਜਾਂ ਸਰਜੀਕਲ ਸਟ੍ਰਾਈਕ ਜੋ ਉਹਨਾਂ ਨੇ ਰਿਵਰਟ ਕੀਤਾ ਵੈ, ਉਹਦੇ ਵਿੱਚ LOC ਦੇ ਵੀ ਜਾ ਕੇ ਉਹਨਾਂ ਨੇ ਕੀਤਾ, ਅਲਟੀਮੇਟ ਤਾਂ ਉਹਨਾਂ ਨੇ ਟੈਰੋਰਿਸਟ ਗਰੁੱਪਸ ਨੂੰ ਹੀ ਅਟੈਕ ਕੀਤਾ ਨਾ, ਉਹਨਾਂ ਨੇ ਬੇਸਿਕਲੀ ਪਾਕਿਸਤਾਨ ਨੂੰ ਤਾਂ ਕੁਛ ਨਹੀਂ ਕੀਤਾ। LOC ਕਵਰ ਫਸਟ ਟਾਈਮ ਇੰਡੀਆ ਨੇ LOC ਕ੍ਰੋਸ ਕੀਤੀ ਹੈ, ਜਿਹੜੀ ਕਿ ਅਲਟੀਮੇਟ ਇੰਡੀਆ ਦਾ ਹੀ ਪਾਰਟ ਹੈ, ਕੋਈ ਪਾਕਿਸਤਾਨ ਦਾ ਨਹੀਂ, ਉਹ ਇੰਡੀਆ ਦਾ ਹੈ। ਜਦੋਂ ਹੋ ਰਿਹਾ ਸੀ ਉਹਨਾਂ ਨੇ ਥੋੜ੍ਹਾ ਕੀਤਾ ਅਤੇ SVK ਨੇ ਉਹਨਾਂ ਨੇ ਕਵਰ ਕੀਤਾ, ਅਤੇ ਉਹ ਜਦੋਂ ਜਵਾਹਰ ਲਾਲ ਨਹਿਰੂ UNO ਗਏ ਉਹਨਾਂ ਨੇ ਗੱਲ ਰੱਖਤੀ ਵੀ SVK ਨਾਲ, ਉਹਨਾਂ ਨੇ ਕਿਹਾ ਵੀ ਬਸ ਜਿੱਥੇ ਉੱਥੇ ਹੀ ਸਟੋਪ ਕਰ ਦਿਉ, ਉਹ ਇਸ ਪਾਸੇ ਇੰਡੀਆ ਦਾ ਹੋ ਗਿਆ, ਪਾਕਿਸਤਾਨ ਨੂੰ ਜਿਹੜਾ ਵਿਚਲਾ ਸੀ ਉਹਨਾਂ ਨੇ LOC ਦੇ ਦਿੱਤਾ। ਬੇਸਿਕਲੀ LOC ਜਿਹੜਾ ਉਹ ਪੁਆਇੰਟ ਆ ਉਹ ਹੈ ਇੰਡੀਆ ਦਾ ਹੀ, ਪਰ ਉਹਦੇ ਵਿੱਚ ਐਜ਼ ਏ ਟੈਰੋਰਿਸਟ ਉਹ ਆ ਚੁੱਕੇ ਨੇ। ਸਿਰਫ ਇਹ ਚੀਜ਼ ਆ ਵੀ ਇਸ ਲਈ ਪਾਕਿਸਤਾਨ ਕਲੇਮ ਨਹੀਂ ਕਰ ਸਕਦਾ ਵੀ ਸਾਡੀ ਜਗ੍ਹਾ 'ਤੇ ਕੀਤਾ, ਔਰ ਨਾ ਕਰੇਗਾ। ਹੁਣ ਗੱਲ ਹੈਗੀ ਵੀ ਸਭ ਕੁਛ ਜਾ ਹੋਇਆ ਵੈ, ਫਿਰ ਅਲਟੀਮੇਟ ਦੇਖੋ ਜੀ, ਐਜ਼ ਏ ਮੈਂ ਸੋਚਦਾ ਵੀ ਅਸੀਂ ਉਹੀ ਗੱਲ ਕਰਦੇ ਵੀ ਇੰਨੀ ਪੇਸ਼ੈਂਸ ਅਸੀਂ ਰੱਖਦੇ ਹੀ, ਇੰਡੀਆ ਵੈਸੇ ਹੀ ਪੇਸ਼ੈਂਸ ਵਾਸਤੇ ਮੰਨਿਆ ਹੋਇਆ। ਹੁਣ ਪਾਣੀ ਦੀ ਗੱਲ ਕਰੀਏ, ਪਾਣੀ ਸਾਡਾ ਇੰਨਾ, ਅਲਟੀਮੇਟ ਅਸੀਂ ਪਾਕਿਸਤਾਨ ਨੂੰ ਪਾਣੀ ਦੇ ਹੀ ਰਹੇ ਨਾ ਐਜ਼ ਏ ਹਿਊਮਨ, ਕਿ ਚਲੋ ਯਾਰ ਪਾਣੀ ਅਸੀਂ ਦੇ ਰਹੇ ਵੀ ਹਾਂ ਵੀ ਆਪਣਾ ਵੀ ਉਹਨਾਂ ਨੂੰ ਮਤਲਬ ਪਾਣੀ ਵੱਲੋਂ ਨਾ ਹੋਵੇ, ਅਸੀਂ ਉਹ ਚੀਜ਼ ਤਾਂ ਇੱਕ ਸਾਡੇ ਵਿੱਚ ਹੈ ਹੀ ਹੈ ਨਾ ਫੀਲਿੰਗ। ਅਤੇ ਹੁਣ ਇਸ ਤਰੀਕੇ ਨਾਲ ਅਗਰ ਸਾਨੂੰ ਹੋਇਆ ਹੋਏਗਾ ਅਟੈਕ ਤਾਂ ਕੀ ਅਸੀਂ ਮਤਲਬ ਐਜ਼ ਏ ਟੈਰੋਰਿਸਟ ਤਾਂ ਵੀ ਨਾ ਉਹ ਕਰੀਏ? ਪੇਸ਼ੈਂਸ ਦੀ ਗੱਲ ਫਿਰ ਮੈਂ ਦੂਸਰੀ ਗੱਲ ਕਹਿੰਦਾ ਕਿ ਜਿੱਦਾਂ ਕਿਹਾ ਗਿਆ, ਗੁਰੂ ਸਾਹਿਬ ਨੇ ਕਿਹਾ ਵੀ ਜਬੇ ਬਾਨ ਲਾਗਿਓ ਤਬੇ ਰੋਜ਼ ਜਾਗਿਓ, ਅਤੇ ਉਹੀ ਅਲਟੀਮੇਟ ਤਾਂ ਦੇਖੋ ਰੋਜ਼ ਜਾਗਦਾ ਹੀ ਹੈ ਨਾ। ਫਿਰ ਅਲਟੀਮੇਟ ਤਾਂ ਅਸੀਂ ਜਿਹੜੇ ਜਵਾਨ ਨੇ, ਜਿਹੜੇ ਡਿਫੈਂਸ ਨੇ, ਮਤਲਬ ਉਹ ਮਰੀ ਜਾਣੋ ਕਹਿਣ ਜੀ ਕੋਈ ਰਿਵਰਟ ਹੀ ਨਹੀਂ ਹੋ ਰਿਹਾ, ਤਾਂ ਕਿ ਉਹਨਾਂ ਨੂੰ ਵੀ ਤਾਂ ਹੌਸਲਾ ਅਫਜ਼ਾਈ ਚਾਹੀਦੀ ਨਹੀਂ? ਹਾਂ ਯਾਰ ਕੁਛ ਕੀਤਾ ਵੀ ਜਿਹੜਾ ਇੰਨਾ ਐਮੂਨੇਸ਼ਨ, ਇੰਨਾ ਅਸੀਂ ਪੈਸਾ ਖਰਚਦੇ ਹਾਂ, ਏਅਰ ਸਟ੍ਰਾਈਕ ਅਸੀਂ ਸਭ ਕੁਝ ਲਿੱਤਾ ਹੋਇਆ, ਵੀ ਅਲਟੀਮੇਟ ਅਸੀਂ ਦਿਖਾਈਏ ਵੀ ਵਾਹ ਯਾਰ ਅਸੀਂ ਕੀਤਾ। ਹਾਲਾਤਾਂ ਬਾਰੇ ਤੁਹਾਨੂੰ ਕੀ ਲੱਗਦਾ, ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਇਸ ਮਾਮਲੇ 'ਚ? ਦੇਖੋ ਹਾਲੇ ਤੱਕ ਜੋ ਕੁਛ ਵੀ ਸਾਨੂੰ ਪਤਾ ਲੱਗ ਰਿਹਾ, ਬਹੁਤ ਸਾਰੀਆਂ ਟਾਕਸ ਵੀ ਹੋਈਆਂ, ਗੱਲਾਂ ਹੋਈਆਂ, ਪਰ ਰਿਜ਼ਲਟਸ ਨਹੀਂ ਨਿਕਲੇ। ਸਰਕਾਰਾਂ ਦਾ ਕਹਿਣਾ ਹੈ ਕਿ ਇਹ ਤਾਂ ਹੀ ਏਅਰ ਸਟ੍ਰਾਈਕ ਕੀਤੀ ਗਈ ਹੈ ਕਿ ਸਾਡੇ ਜਵਾਨ ਮਾਰੇ ਗਏ ਨੇ।
ਦੇਖੋ ਜੀ, ਜੇ ਅਸੀਂ ਅੱਜ ਕਤਲ ਕਰ ਦਈਏ, ਠੀਕ ਹੈ ਜੀ, ਕੱਲ੍ਹ ਉਹ ਸਾਡਾ ਕਤਲ ਕਰ ਦੇਣ, ਇਹੀ ਗੇਮ ਚੱਲਦੀ ਰਹੇਗੀ? ਇਹੀ ਗੇਮ ਚੱਲਦੀ ਰਹੇਗੀ ਨਾ? ਇੰਡੀਆ ਅਤੇ ਪਾਕਿਸਤਾਨ ਆਪਸ 'ਚ ਯੁੱਧ ਕਰੇਗਾ, ਬਾਹਰ ਵਾਲੇ ਦੇਸ਼ ਜਿਹੜੇ ਨੇ ਉਹ ਮਜ਼ਾ ਲੈਣਗੇ? ਜੇ ਅਸੀਂ ਪਿਆਰ ਦੇ ਨਾਲ ਰਵਾਂਗੇ ਅਤੇ ਲੋਕ ਸਾਨੂੰ ਸਾਡੇ ਨਾਲ ਖੜ੍ਹੇ ਹੋਣਗੇ। ਜੇ ਅਸੀਂ ਆਪਸ 'ਚ ਹੀ ਲੜਦੇ, ਆਪਸ ਵਿੱਚ ਹੀ ਅਗਰ ਟੁੱਟ ਜਾਵਾਂਗੇ ਨਾ, ਤਾਂ ਸਾਰਿਆਂ ਨੇ ਮਿਲ ਕੇ ਸਾਡੇ 'ਤੇ ਅਟੈਕ ਕਰ ਦੇਣਾ। ਔਰ ਇਹ ਦੇਖ ਲੈਣਾ, ਦਿਨ ਦੂਰ ਨਹੀਂ ਕਿ ਸਾਡੇ ਹਾਲਾਤ ਹੋਰ ਦਿਨ ਬਾਏ ਦਿਨ ਮਾੜੀ ਹੁੰਦੀ ਜਾ ਰਹੀ ਹੈ। ਪਿਆਰ ਨਾਲ ਅੱਗੇ ਹੱਥ ਵਧਾਉਣਗੇ, ਇਮਾਨਦਾਰੀ ਦਾ ਹੱਥ ਅੱਗੇ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਵੀ ਹੱਥ ਮਿਲਾ ਕੇ ਫਿਰ ਪਿੱਠ ਪਿੱਛੇ ਵਾਰ ਕਰੋ, ਉਹਦੇ ਇਹ ਗੱਲ ਨਹੀਂ ਹੋਣੀ ਚਾਹੀਦੀ। ਇਮਾਨਦਾਰੀ ਦਾ ਹੱਥ ਅੱਗੇ ਹੋਣਾ ਚਾਹੀਦਾ। ਅੱਜ ਦੋਸਤੀ ਕਰਕੇ ਚਲੇ ਜਾਂਦੇ ਹੋ, ਕੱਲ੍ਹ ਉੱਥੋਂ ਬੰਬ ਸੱਟਦੇ ਹੋ, ਇਹ ਚੀਜ਼ਾਂ ਨਾ ਕਰੋ, ਇਹ ਚੀਜ਼ਾਂ ਨਾ ਕਰੋ, ਇਹ ਚੀਜ਼ਾਂ ਜਿਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋਵੇ, ਜਿਹਦੇ ਨਾਲ ਮਤਲਬ ਕਿ ਜਿਹਦੇ ਮਾਂ ਪੁੱਤਰ ਪੁੱਤਰ ਆਪਣੀ ਮਾਂ ਪੁੱਤਰ ਨੂੰ ਕਿਉਂ ਜੰਮਦੀ ਹੈ ਉਹ ਭੇਜਦੀ ਹੈ ਏਅਰਫੋਰਸ ਦੇ ਵਿਚਕਾਰ ਕਿ ਚਲੋ ਵੀ ਮੇਰਾ ਬੱਚਾ ਦੇਸ਼ ਦੀ ਰੱਖਿਆ ਕਰੇਗਾ। ਤੁਸੀਂ ਉਹੀ ਬੱਚਿਆਂ ਨੂੰ ਮਰਵਾਉਂਦੇ ਪਏ ਹੋ, ਉਹੀ ਬੱਚਿਆਂ ਨੂੰ ਮਰਵਾਉਂਦੇ ਪਏ ਹੋ ਨਾ, ਵੀ ਬੰਬ ਸੱਟ ਕੇ ਪਾਕਿਸਤਾਨ ਵਾਲੇ ਬੰਬ ਸੱਟਦੇ ਨੇ ਇੰਡੀਆ ਦਾ ਬੱਚਾ ਮਰ ਜਾਂਦਾ, ਇੰਡੀਆ ਵਾਲੇ ਬੰਬ ਸੱਟਦੇ ਨੇ ਪਾਕਿਸਤਾਨ ਦਾ ਬੱਚਾ ਮਰ ਜਾਂਦਾ, ਇਹਦੇ ਨਾਲ ਕੀ ਮਿਲਣਾ? ਅਸੀਂ ਲੋਕਾਂ ਦੇ ਬੱਚਿਆਂ ਨੂੰ ਮਾਰ ਕੇ ਕੀ ਮਿਲਣਾ? ਜੋ ਪਿਆਰ ਦੀ ਭਾਵਨਾ ਹੈਗੀ ਹੈ ਉਹਨੂੰ ਪਿਆਰ ਦੀ ਭਾਵਨਾ ਦੇ ਨਾਲ ਹੀ ਸਲਟਾਇਆ ਜਾ ਸਕਦਾ। ਮੈਂ ਮੋਦੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹ ਜਿਹੜਾ ਚੱਲ ਰਿਹਾ ਹੈ ਬਹੁਤ ਗਲਤ ਚੱਲ ਰਿਹਾ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀ ਉੱਧਰੋਂ ਸਟ੍ਰਾਈਕ ਹੁੰਦੀ ਹੈ, ਤੁਸੀਂ ਇੱਧਰੋਂ ਕਰਦੇ ਹੋ, ਇਹਦੇ ਨਾਲ ਕੀ ਮਿਲਣਾ? ਤੁਹਾਨੂੰ ਕੁਛ ਵੀ ਨਹੀਂ ਪ੍ਰਾਪਤੀ ਹੋ ਸਕਦੀ। ਬੈਠ ਕੇ ਸੰਯਮ ਦੇ ਨਾਲ, ਇਮਾਨਦਾਰੀ ਦੇ ਨਾਲ, ਹੌਸਲਾ ਦੇ ਨਾਲ, ਚੰਗੀ ਤਰੀਕੇ ਨਾਲ, ਪਹਿਲੀ ਗੱਲ ਸਾਫ਼ ਦਿਲ ਦੇ ਨਾਲ ਤੁਸੀਂ ਕੋਈ ਵੀ ਕੰਮ ਕਰੋਗੇ ਨਾ, ਉਹ ਤਾਂ ਹੀ ਕੰਮ ਸਕਸੈਸਫੁਲ ਹੋਣਾ। ਅੱਜ ਅਗਰ ਤੁਸੀਂ ਹੱਥ ਮਿਲਾ ਕੇ ਚਲੇ ਜਾਂਦੇ ਹੋ, ਕੱਲ੍ਹ ਜਾ ਕੇ ਉਹੀ ਕੰਮ ਦੁਬਾਰਾ ਕਰਦੇ ਹੋ, ਇਹਦੇ ਨਾਲ ਤੁਹਾਡੀ ਜਿੱਤਣੀ ਹੈ। ਡਾਕਟਰ ਸਾਹਿਬ, ਦੱਸੋਗੇ ਤੁਸੀਂ ਕਿ ਅੱਜ ਦੇ ਜੋ ਹਾਲਾਤ ਬਣ ਰਹੇ ਨੇ, ਇਹਨਾਂ ਦਾ ਸਾਡੀ ਸੋਸਾਇਟੀ 'ਤੇ, ਸਾਡੇ ਲੋਕਾਂ 'ਤੇ ਕੀ ਅਸਰ ਹੋਵੇਗਾ? ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਹਰ ਸ਼ਹਿਰੀ ਅਮਨ ਅਤੇ ਸ਼ਾਂਤੀ ਚਾਹੁੰਦਾ ਹੈ ਅਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਅੱਛੇ ਢੰਗ ਨਾਲ ਬਤੀਤ ਕਰਨਾ ਚਾਹੁੰਦਾ। ਪਿੱਛੇ ਜਿਹੇ ਪੁਲਵਾਮਾ ਦੇ ਵਿਖੇ ਜੋ ਬਹੁਤ ਵੱਡੀ ਦੁਰਘਟਨਾ ਹੋਈ ਹੈ, ਜਿਸ ਦੇ ਵਿੱਚ ਕਿ 49 ਸਾਡੇ ਜਵਾਨ ਸ਼ਹੀਦ ਹੋਏ ਹਨ, ਉਹ ਬੜੀ ਦੁਖਦਾਈ ਗੱਲ ਹੈ। ਆਤੰਕਵਾਦ ਇੱਕ ਗਲੋਬਲ ਫਿਨੋਮਨਨ ਹੈ, ਇਹ ਵਿਸ਼ਵ ਭਰ ਦਾ ਇੱਕ ਜੋ ਦੁਖਾਂਤ ਬਣ ਗਿਆ ਹੈ, ਇਸ ਤਰ੍ਹਾਂ ਦੀ ਇੰਡਸਟਰੀ ਬਣ ਗਈ ਹੈ, ਜੋ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਉਹ ਇਸਨੂੰ ਪ੍ਰਮੋਟ ਕਰਦਾ ਹੈ। ਇਸ ਦੇ ਨਾਲ ਕਿਉਂਕਿ ਹਾਲਾਤ ਖਰਾਬ ਹੁੰਦੇ ਹਨ ਅਤੇ ਇਹਨਾਂ ਹਾਲਾਤ ਖਰਾਬ ਦੇ ਵਿੱਚ ਜੋ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਉਹ ਆਪਣੇ ਹਥਿਆਰ ਵੇਚ ਕੇ ਅਤੇ ਮੁਨਾਫਾ ਕਮਾਉਂਦਾ। ਇਹ ਕੁਝ ਸਾਡੇ ਖਿੱਤੇ ਵਿੱਚ ਵੀ ਹੋ ਰਿਹਾ ਹੈ। ਅੱਜ ਜੋ ਹੈ ਸਾਡਾ ਦੇਸ਼ ਸਭ ਤੋਂ ਵੱਧ ਹਥਿਆਰ ਖਰੀਦਦਾ, ਇਹ ਸਥਿਤੀ ਪਾਕਿਸਤਾਨ ਦੀ ਹੈ, ਜਦੋਂ ਕਿ ਅਸੀਂ ਦੋਨੋਂ ਦੇਸ਼ ਬਹੁਤ ਹੀ ਗੁਰਬਤ ਦੇ ਮਾਰੇ ਹੋਏ ਦੇਸ਼ ਹਾਂ। ਸਾਡੇ ਦੇਸ਼ ਦਾ ਜੋ ਹੰਗਰ ਇੰਡੈਕਸ ਹੈ ਪਿਛਲੇ ਸਾਲ ਦਾ, 119 ਦੇਸ਼ਾਂ ਵਿੱਚੋਂ 103 ਨੰਬਰ 'ਤੇ ਹੈ। ਇਹ ਸਾਡੀ ਸਥਿਤੀ ਹੈ, ਪਾਕਿਸਤਾਨ ਦਾ ਸ਼ਾਇਦ 106 ਨੰਬਰ 'ਤੇ ਹੈ। ਸੋ ਇਹਨਾਂ ਹਾਲਾਤਾਂ ਵਿੱਚ ਸਾਨੂੰ ਦੋਨਾਂ ਮੁਲਕਾਂ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ, ਆਪਣੇ ਮਸਲੇ ਪਿਆਰ ਮੁਹੱਬਤ ਦੇ ਨਾਲ ਨਜਿੱਠਣੇ ਚਾਹੀਦੇ ਹਨ ਤਾਂ ਜੋ ਅਸੀਂ ਦੋਨੋਂ ਮੁਲਕ ਤਰੱਕੀ ਕਰ ਸਕੀਏ। ਜੋ ਕੁਛ ਪੁਲਵਾਮਾ ਵਿੱਚ ਹੋਇਆ ਉਸ ਨੂੰ ਜੋ ਹੈ ਘੋਖਣ ਦੀ ਲੋੜ ਹੈ ਕਿ ਜੋ ਹੁਣ ਨੌਜਵਾਨ ਪੀੜ੍ਹੀ ਕਸ਼ਮੀਰ ਦੀ ਕਿਉਂ ਹਥਿਆਰ ਚੁੱਕ ਰਹੀ ਹੈ, ਕਿਉਂ ਅੱਤਵਾਦ ਵੱਲ ਜਾ ਰਹੀ ਹੈ। ਅਸੀਂ ਕਸ਼ਮੀਰੀਆਂ ਨੂੰ ਆਪਣਾ ਹਿੱਸਾ ਆਪਣੇ ਵਿੱਚ, ਆਪਣੀ ਮੇਨ ਸਟ੍ਰੀਮ ਵਿੱਚ ਲਿਆਉਣ ਦੀ ਕੋਸ਼ਿਸ਼ ਜੋ ਸਾਨੂੰ ਕਰਨੀ ਚਾਹੀਦੀ ਹੈ। ਅਗਰ ਉਹ ਮੇਨ ਸਟ੍ਰੀਮ ਵਿੱਚ ਆਉਂਦੀ ਹੈ ਤਾਂ ਫਿਰ ਹਾਲਾਤ ਸੁਖਾਵੇਂ ਹੋ ਸਕਦੇ ਹਨ। ਉਹਨਾਂ ਨੂੰ ਸਮਝਾਉਣ ਦੀ ਲੋੜ ਹੈ, ਉਹਨਾਂ ਦੇ ਜੋ ਮਸਲੇ ਹਨ। ਇੱਕ ਫੈਡਰਲਿਸ ਜੋ ਸਾਡੇ ਦੇਸ਼ ਦਾ ਫੈਡਰਲ ਸਟਰਕਚਰ ਹੈ, ਇਸ ਨੂੰ ਹੋਰ ਮਜ਼ਬੂਤ ਕਰਨ ਦੀ ਯਾਨੀ ਕਿ ਇਹ ਲੋੜ ਹੈ। ਅੱਜ ਦੋਨੋਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਅਤੇ ਪਰਮਾਣੂ ਹਥਿਆਰ ਅਗਰ ਵਰਤੇ ਗਏ ਤਾਂ ਕਰੋੜਾਂ ਲੋਕ ਦੋਨੋਂ ਮੁਲਕਾਂ ਵਿੱਚ ਮਾਰੇ ਜਾ ਸਕਦੇ ਹਨ। ਅਗਰ
ਜੇ ਜੰਗ ਹੋ ਗਈ ਤਾਂ ਜੰਗ ਦੀ ਸਥਿਤੀ ਵਿੱਚ ਪਰਮਾਣੂ ਹਥਿਆਰ ਨਹੀਂ ਵਰਤੇ ਜਾਣਗੇ, ਇਸ ਗੱਲ ਦੀ ਤਾਂ ਕੋਈ ਗਰੰਟੀ ਨਹੀਂ ਹੈ। ਅਗਰ ਸਰਕਾਰਾਂ ਨਾ ਵੀ ਚਾਹੁਣ ਤਾਂ ਅੱਤਵਾਦੀ ਇਹਨਾਂ ਹਥਿਆਰਾਂ ਨੂੰ ਵਰਤ ਸਕਦੇ ਹਨ। ਲੜਾਈ ਕੋਈ ਹੱਲ ਨਹੀਂ ਹੈ, ਜੰਗ ਤਾਂ ਆਪਣੇ ਆਪ ਹੀ ਮਸਲਾ ਹੈ। ਇਹ ਜੋ ਕੀ ਹੱਲ ਕਰੇਗੀ ਮਸਲਿਆਂ ਦਾ, ਇੱਕ ਬਹੁਤ ਮਸ਼ਹੂਰ ਕਵਿਤਾ ਹੈ ਸਾਹਿਬ ਸਾਹਿਬ ਲੁਧਿਆਨਵੀ ਦੀ, ਉਸ ਨੂੰ ਸਾਨੂੰ। ਇਨਸਾਨ ਆਪਣੇ ਆਪ ਨੂੰ ਕਿਸ ਤਰ੍ਹਾਂ ਨਾਲ ਇਹਨਾਂ ਹਾਲਾਤਾਂ 'ਚੋਂ ਬਾਹਰ ਕੱਢ ਸਕਦਾ, ਕੀ ਹੈ ਉਸਦੇ ਦਿਲ ਵਿੱਚ ਚੱਲ ਰਿਹਾ? ਸਰਕਾਰੀ ਜੋ ਅੰਕੜੇ ਆਉਂਦੇ ਨੇ ਕਿੰਨੇ ਲੋਕ ਰੋਜ਼ ਮਰ ਰਹੇ ਨੇ, ਇਹਦਾ ਲੋਕਾਂ 'ਤੇ ਜੋ ਪ੍ਰਭਾਵ ਪੈਂਦਾ, ਉਸਦੇ ਬਾਰੇ ਤੁਸੀਂ ਦੱਸੋ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ? ਦੇਖੋ, ਇਹ ਜਿਹੜੀ ਪ੍ਰੋਬਲਮ ਹੈ ਇਹ ਸਾਈਕੋਲੋਜੀਕਲ ਹੈ, ਇਹ ਇੱਕ ਇਮੋਸ਼ਨਲ ਹੈ। ਇਹਦੇ ਲਈ ਸਾਨੂੰ ਆਈ ਕਿਊ ਦੀ ਲੋੜ ਨਹੀਂ ਹੈ, ਈ ਕਿਊ ਦੀ ਲੋੜ ਹੈ, ਇਮੋਸ਼ਨਲ ਕਿਊ ਐਂਡ ਲਵ ਕਿਊ। ਜਦੋਂ ਕਾਰਗਿਲ ਦੀ ਲੜਾਈ ਲੱਗੀ ਸੀ, ਮੈਂ ਉਹ ਇਨਸਾਨ ਹੈ ਜਿਹਨੇ 26 ਸਾਲ ਦੇ ਜਵਾਨ ਦੀ ਫੈਮਿਲੀ ਨੂੰ ਅਡੋਪਟ ਕੀਤਾ ਸੀ, 3 ਸਾਲ ਦਾ ਉਹਦਾ ਬੱਚਾ ਸੀ, 23 ਕਾਰਗਿਲ 'ਚ ਜਿਹੜੇ ਸ਼ਹੀਦ ਹੋਏ ਸੀ। ਤੋ ਇਸ ਲਈ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਫੈਮਿਲੀ ਦੀਆਂ ਜਿਹੜੀਆਂ ਫੀਲਿੰਗਸ ਹੈ, ਇਮੋਸ਼ਨਸ ਹੈ, ਸ਼ਾਇਦ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ, ਉਹ ਬਹੁਤ ਦੁੱਖਦਾਇਕ ਹੈ। ਮੈਨੂੰ ਯਾਦ ਹੈ ਵੀ ਜਦੋਂ ਅਸੀਂ ਸਾਨੂੰ ਕੁੰਭ ਦੇ ਮੇਲੇ 'ਤੇ ਲੈ ਕੇ ਗਏ, ਸਾਡੇ ਵੋਲਵੋ ਗੱਡੀਆਂ ਨੂੰ ਇੰਨੀ ਸਿਕਿਉਰਿਟੀ ਦਿੱਤੀ ਗਈ ਸੀਗੀ ਵੀ ਕੋਈ ਇੱਥੇ ਪੰਛੀ ਵੀ ਫਟਕ ਨਹੀਂ ਸੀ ਸਕਦਾ। ਮੇਰਾ ਉਸ ਤੋਂ ਬਾਅਦ, ਚਲੋ ਮੈਂ ਉਹਨਾਂ ਨੂੰ ਉੱਥੇ ਵੀ ਮੈਂ ਕਿਹਾ ਸੀਗਾ ਵੀ ਆਮ ਬੰਦੇ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ, ਉਸ ਚੀਜ਼ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ ਵੀ ਉਹਨਾਂ ਦੀ ਸਿਕਿਉਰਿਟੀ ਜਿਹੜੇ ਕਿਉਂ ਨਹੀਂ ਸੀ, ਕਿ ਸ਼ਾਇਦ ਉਹਦੇ ਵਿੱਚ ਜੇ ਸਾਡੀ ਕੋਈ ਕਮੀ ਹੋਈ ਹੈ। ਦੇਖੋ, ਹਿਊਮਨ ਐਰਰ ਹੈ, ਕਿਸੇ ਵੀ ਗੌਰਮੈਂਟ ਤੋਂ ਹੋ ਸਕਦਾ। ਇਨਸਾਨ ਉਹ ਹੈ ਜਿਹੜਾ ਆਪਣੀ ਗਲਤੀ ਨੂੰ ਮੰਨੇ, ਜਿਹੜਾ ਇਹ ਕਹਿ ਰਿਹਾ ਵੀ ਜੀ ਇੱਕ ਦੇ ਬਦਲੇ 50 ਸਾਰ ਲੈ ਕੇ ਆਓ, ਇਹ ਕਰੋ, ਉਹ ਇੱਕ ਸਿਰਫ ਤੁਸੀਂ ਇਮੋਸ਼ਨਸ ਦੇ ਵਿੱਚ ਬਹਿਕ ਕੇ ਗੱਲ ਕਰ ਰਹੇ ਹੋ, ਉਹਦਾ ਕ੍ਰਿਟੀਕਲ ਥਿੰਕਿੰਗ ਨਾਲ ਤਾਂ ਕੋਈ ਤਾਲੁਕ ਨਹੀਂ ਨਾ ਹੈ। ਬਿਲਕੁਲ ਜਿਸ ਤਰ੍ਹਾਂ ਹੁਣ ਡਾਕਟਰ ਮਿੱਤਰਾ ਨੇ ਕਿਹਾ, ਸਭ ਲੋਕਾਂ ਨੇ ਕਿਹਾ, ਇੱਥੇ ਕਿਹਾ, ਡੈਫੀਨੇਟਲੀ ਜਿਹੜਾ ਇੱਕ ਵਾਰ ਹੈ ਉਹ ਤਾਂ ਉਹਦਾ ਸਲਿਊਸ਼ਨ ਨਹੀਂ ਹੈ। ਉਹਦੇ ਵਿੱਚ ਅਸੀਂ ਕਰੋੜਾਂ ਮਾਰੇ ਜਾਵਾਂਗੇ, ਮੇਰੇ ਖਿਆਲ 'ਚ ਪਾਕਿਸਤਾਨ 'ਚ ਵੀ ਲੋਕ ਨਹੀਂ ਇਹ ਚਾਹੁੰਦੇ, ਇੰਡੀਆ 'ਚ ਵੀ ਲੋਕ ਨਹੀਂ ਚਾਹੁੰਦੇ। ਇਕਨੋਮਿਕਲੀ ਦੋਨੋਂ ਪਾਰਟੀਜ਼ ਬੈਂਕ, ਹਰ ਇੰਡੀਅਨ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਇਸ ਦੁੱਖ ਦੀ ਘੜੀ ਦੇ ਵਿੱਚ ਹਰ ਹਿੰਦੁਸਤਾਨੀ ਇੱਕ ਹੈ, ਔਰ ਉਹ ਬਿਲਕੁਲ ਜੀ ਜਾਨ ਦੇ ਨਾਲ ਇਹਨਾਂ ਫੈਮਿਲੀਜ਼ ਦੇ ਨਾਲ ਹੈ। ਅਸੀਂ ਉਹਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਵੀ ਨੀਡ ਸਾਈਕੋਲੋਜੀਕਲ ਮੈਂਟਲ ਗਰੋਥ, ਕਿ ਸਾਡੀ ਮੈਂਟਲ ਗਰੋਥ ਇੰਨੀ ਹੋਵੇ ਕਿ ਅਸੀਂ ਇੱਕ ਐਡਲਟ ਦੀ ਤਰ੍ਹਾਂ ਬਿਹੇਵ ਕਰੀਏ, ਨਾਟ ਬੇਬੀਜ਼ ਲਾਈਕ ਅ ਬ੍ਰੇਨ। ਇਸ ਵੇਲੇ ਸਾਡੇ ਨਾਲ ਨੇ ਇੱਕ ਸਟੂਡੈਂਟ ਹਰਪ੍ਰੀਤ ਕੌਰ ਜੀ, ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਅੱਜ ਦੇ ਹਾਲਾਤ ਬਾਰੇ, ਜੋ ਅੱਜ ਦਾ ਏਅਰ ਸਟ੍ਰਾਈਕ ਹੋਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਜਿਹੜਾ ਏਅਰ ਸਟ੍ਰਾਈਕ ਹੋਇਆ, ਹਜੇ ਥੋੜ੍ਹਾ ਜਿਹਾ ਰੁਕ ਕੇ ਸੋਚ ਲਿਆ ਜਾ ਸਕਦਾ ਸੀ ਮੋਦੀ ਜੀ ਵੱਲੋਂ, ਪਹਿਲੇ ਉਹਨਾਂ ਨਾਲ ਗੱਲ ਕਰਦੇ ਬੈਠ ਕੇ, ਮੀਨਜ਼ ਗੱਲਬਾਤ ਦੇ ਨਾਲ ਜੇ ਕੁਛ ਹੱਲ ਹੁੰਦਾ ਤਾਂ ਜ਼ਰੂਰ ਕਰਨਾ ਚਾਹੀਦਾ ਹੈਗਾ, ਕਿਉਂਕਿ ਇਸ ਦੇ ਨਾਲ ਉੱਧਰੋਂ ਵੀ ਕੁਛ ਹੋਰ ਸ਼ੁਰੂ ਹੋਏਗਾ, ਇੱਧਰੋਂ ਫਿਰ ਦੁਬਾਰਾ ਸ਼ੁਰੂ ਹੋਏਗਾ, ਇੱਧਰਾਂ ਆਮ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਖੌਫ ਪੈਦਾ ਹੋ ਜਾਏਗਾ। ਆਪ ਜੀ ਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ, ਆਪਣੇ ਵਡਮੁੱਲੇ ਵਿਚਾਰ ਜ਼ਰੂਰ ਸਾਂਝੇ ਕਰੋ।